हाँ जी सत श्री अकाल जी, मैं थोड़ा नवकार सिंह बरात सी मेरे चैनल गल खेत तो अज आप पट्ठे बिच आए हैं तो आप खेत पा के शुरू के कर रहे हैं। वो तो ट्रैक्टर पापा का दिहार मार लगे, मैं इधर मूह मोटर लैट आई थी तो आप हम मोटर उधर वेखन जा रहे हैं। टुटे नहीं पानी पुनी उत है बंदा, आप कह देंगे उधर लवा कह देंगे। पापा ने साग सुहागा वा मार के पूरा वाहन बनाता है। देखो नहीं ना तो हम आप लिया हम आप बट्टा पावे ट्रैक्टर ला के दिन लाइए। हाँ जी आप ट्रैक्टर बैग ला के आया हम पापा हम पाई जाते हैं। पापा लैन गए ने हम आप खरे जाके जिंदरा पा के फिर खेत आके मिलते हैं। हाँ जी आप किसी दी ले आए हैं ड्रिल तो हम आप खेत लेके आ चुके हैं। हूँ आप पट्ठे बीजे अपने इधर आए थे डाई ते भी मिक्स कर रहे हैं तो डले भोर रहे हैं। ओके जी हाँ जी हम आप पट्ठे बीच के आ चुके हैं। थोड़ा सॉरी मैं थोड़ा नहीं दिखा पाया क्योंकि मेरे डिगन के सारे चांस ने उत्थे तो बाद चो पापा कहते वट्टा कल पावे तो हम मैं पैली वाह के आए दो तीन पापा कहते तीन दो तीन किले वाहते थे। हम जब मैं नाल तेल की टेंकी भरना पापा कहते मैं वाहन है मेरे हम पेपर चलते हैं। मैं पेपर की तैयारी कर लग्या तो थोड़ा मैं दिखाने लग्या जिमें कि तुम वेख सकते हो अपनी कोठी सामने जरा गेट दस रहा वो अपनी उत्थे कोठी आप बहरले प्लाट से सब्जी भी लगी अपनी तो इतने ये मगर अपने
ਪਿੰਡ ਭੇਖਾ ਤੇ ਇੱਥੇ ਤਰੱਕੀ ਹੋ ਰਹੀ ਹੈ ਬਹੁਤ ਜ਼ਿਆਦਾ। ਤੇ ਜਿਵੇਂ ਕਿ ਛੱਪੜ 'ਚ ਛੱਪੜ ਤੋਂ ਆਪਣੇ ਪਿੰਡ ਦੋ ਛੱਪੜ ਨੇ ਅਤੇ ਉਹਨੂੰ ਇੱਥੇ ਇੱਕ ਪਾ ਇੱਕ ਛੱਪੜ ਜਿਹੜਾ ਭਰ ਦੇਣਾ ਅਤੇ ਪਾਰਕ ਬਣਾਉਣਾਗਾ ਤਾਂ ਹੀ ਜਿਹੜਾ ਉਹ ਛੱਪੜ ਦਾ ਪਾਣੀ ਅਤੇ ਪਿੰਡ ਦਾ ਪਾਣੀ ਆ ਉਸ ਨੂੰ ਸੇਮ ਵਿੱਚ ਆਪਣੇ ਦੇ ਸੇਮ ਦੇ ਲੰਗਿਆਂ ਨੂੰ ਅਤੇ ਭੇਖੇ ਦੇ ਵਿੱਚ ਅਤੇ ਜੈਮ ਵਾਲੇ ਦੇ ਵਿੱਚ ਇੱਕ ਸੀਮ ਆਉਂਦੀ ਹੈ ਸੇਮ ਅਤੇ ਦੂਜਾ ਨਹਿਰ ਅਤੇ ਉੱਥੇ ਉੱਥੇ ਆ ਬੇਸਨ ਉੱਥੇ ਆ ਪਾਣੀ ਛੱਡੂਗੇ ਗਾਂਹ ਮੈਨੂੰ ਕੋਈ ਪਤਾ ਨਹੀਂ ਗਾ ਹਜੇ ਥੋੜ੍ਹੀ ਜਿਹੀ ਵਾੜ ਤਾਂ ਖਿੱਚਿਆ ਗਾ ਤੁਹਾਨੂੰ ਦਿਖਾਉਣਾ ਆ ਰਹੀ ਜੇ ਸੀ ਵੀ ਅਤੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਆ ਜਿਵੇਂ ਕੁੱਟ ਆਹ ਹੈਗੀ ਗੁਰਦੁਆਰਾ ਗੁਰਦੁਆਰਾ ਜਿੱਥੇ ਆ ਇਹਦੇ ਨਾਲ ਜਮੀਂ ਛੱਪੜ ਆ ਇਹਨੂੰ ਭਰਨਾ ਕਿਉਂਕਿ ਗੁਰਦੁਆਰੇ ਦੇ ਨਾਲੇ ਖਰਾਬ ਹੁੰਦੀ ਇਮੇਜ ਅਤੇ ਨਾਲੇ ਆੜਾ ਛੱਪੜ ਆ ਉੱਥੇ ਮਾਣ ਕਿ ਬਜ਼ੁਰਗ ਲੋਕਾਂ ਨੂੰ ਅਤੇ ਬੱਚਿਆਂ ਲਈ ਖੇਡਣ ਲਈ ਪਾਰਕ ਬਣ ਜੂਗਾ ਅਤੇ ਸੈਰ ਕਰਨ ਲਈ ਸਵੇਰੇ ਉਹ ਹੋ ਜੂਗਾ ਸ਼ਾਮ ਨੂੰ ਜਾਂ ਤੁਰਨ ਫਿਰਨ ਦਾ ਹੁੰਦਾ ਗਾ ਨਾ ਟਾਈਮ ਪਾਸ ਲੰਘਾਉਣ ਲਈ ਇਸ ਤਾਈਂ ਅਤੇ ਆਹ ਜੇ ਸੀ ਬੀ ਲੱਗੀ ਆ ਗਾਂਹ ਕੰਪਿਊਟਰ 'ਤੇ ਲੱਗਿਆ ਸੋਸਾਇਟੀ ਵਾਲਾ ਆਪਾਂ ਤਾਂ ਆਪਣੇ ਯਾਰ ਬੇਲੀ 'ਤੇ ਲਵਾਇਆ ਸੀ ਆਹ ਜੇ ਸੀ ਬੀ ਆ ਅਤੇ ਇਹ ਹੈਗੀਆਂ 16-18 ਇੰਚੀਆਂ ਹੈਗੀਆਂ ਇਹ ਬਾਹਰੋਂ ਬੰਦਾ ਜਿਹਨੇ ਪਾਰਕ ਬਣਵਾਉਣਾ ਹੈਗਾ ਆਪਾਂ ਨੂੰ ਪੈਸੇ ਦਿੱਤੇ ਆ ਹੁਣ ਇਹ ਪੁਣੀਆਂ ਪਾ ਕੇ ਫਿਰ ਉਦੋਂ ਉਹਦੀ ਉਹਨਾਂ 'ਚ ਮਿੱਟੀ ਦੀ ਭਰਤੀ ਪਾਉਣ ਲੱਗ ਜਾਣਗੇ ਅਤੇ ਉਸ ਮਿੱਟੀ ਦੀ ਭਰਤੀ ਪਾਉਣ ਤੋਂ ਬਾਅਦ ਫਿਰ ਬਣੂਗਾ ਉੱਥੇ ਖੇਡਣ ਵਾਸਤੇ ਫਿਰ ਆਪਾਂ ਉੱਥੇ ਖੇਡਿਆ ਕਰਾਂਗੇ ਤੁਹਾਨੂੰ ਸਾਰਾ ਦਿਖਾਇਆ ਕਰਾਂਗੇ ਨਾਲੇ ਆਪਣੇ ਕੋਲ ਟਰਾਈਪੋਡ ਵੀ ਉੱਥੇ ਆਪਾਂ ਟਰਾਈਪੋਡ ਲਾ ਕੇ ਤੁਹਾਨੂੰ ਵਧੀਆ ਵਧੀਆ ਸ਼ਾਰਟਸ ਦੇਵਾਂਗੇ ਹੁਣ ਮੈਂ ਇੱਧਰ ਸਿੰਗਲ ਲੈਣ ਆਇਆ ਸੀ ਕਿ ਮੈਂ ਵੇਖਿਆ ਇੱਧਰ ਇਹ ਵੀ ਹੋ ਰਿਹਾ ਮੈਂ ਚੱਲ ਤੁਹਾਨੂੰ ਨਾਲ ਸ਼ੇਅਰ ਕਰਨਾ ਚਾਹੀਦਾ ਜ਼ਰੂਰੀ ਓਕੇ ਅੱਜ ਅਤੇ ਲਾਈਕ ਅਤੇ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਅਤੇ ਅੱਜ ਦਾ ਵਲੋਗ ਇੰਨਾ ਹੀ ਤੁਸੀਂ ਫਿਰ ਕਰਦੇ ਨਹੀਂ ਗੇ ਮੈਂ ਵੇਖੋ ਹੁਣ ਰੈਗੂਲਰ ਵੀਡੀਓ ਪਾਉਂਦਾ ਗਾ ਫਿਰ ਵੀ ਤੁਸੀਂ ਨਹੀਂ ਕਰ ਰਹੇ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਓ ਤਾਂ ਕਿ 1 ਜੂਨ ਤੋਂ ਮੇਰਾ ਪੱਕਾ ਪ੍ਰੋਮਿਸ ਆ ਮੈਸੀ ਫਰਗੂਸਨ 9500 ਨਿਊ ਮਾਡਲ ਸ਼ਿਫਟ ਗੇਅਰਾਂ ਵਾਲਾ ਉਹਨੂੰ ਮੋਡੀਫਾਈ ਕਰਨ ਲੱਗ ਜਾਣਾ ਜਿਵੇਂ ਤੁਸੀਂ ਕਹੋਗੇ ਉਹਨੇ ਲਾ ਭਾਵੇਂ ਕਿੰਨੇ ਪੈਸੇ ਲੱਗ ਜਾਣ ਆਪਣਾ ਨਹੀਂ ਆਪਣੇ ਚਾਚੇ ਘਰ ਆਏ ਪਰ ਪੈਸੇ ਤਾਂ ਆਪਾਂ ਆਪ ਹੀ ਲਵਾਂਗੇ ਕਿਉਂਕਿ ਉਹ ਆਪਣੇ ਖੜ੍ਹਾ ਹੁੰਦਾ ਚਲੋ ਜੀ ਅੱਜ ਦਾ ਵਲੌਗ ਇੰਨਾ ਹੀ ਓਕੇ ਬਾਏ।